ਖੁਰਾਨਾ ਆ ਰਿਹਾ ਬਹੁਤ ਤਕੜਾ ਪਾਨਿਆ ਜਿਹਦੇ ਵਿੱਚ ਬਾਲੇ ਗਾਡਰ ਸੀ ਨੇ ਬੋਲਡ ਸੀ ਨੇ ਬੋਲਡ ਸੀ ਬੋਲਡ ਚਾਚਾ ਬੋਲਡ ਬੋਲਡ ਸੀ ਨੇ ਉਹਦੇ ਪਿੱਛੇ ਮਾਡਲ ਲੈਣੀ ਇੱਕ ਮਾਡਲ ਅੱਛਾ ਹਾਂ ਜਿਵੇਂ ਕਿ ਸੀ ਇੱਕ ਪਰਿਵਾਰਕ ਵੀਡੀਓ ਪਰਿਵਾਰਕ ਪਰਿਵਾਰਕ ਦੇ ਵਿੱਚ ਕਿਹਨੂੰ ਲਏਗਾ ਫਿਰ ਪਰਿਵਾਰਕ ਦੇ ਵਿੱਚ ਕਿਹਨੂੰ ਹਮਾਂਸੀ ਭੈਣ ਨੂੰ ਹਮਾਂਸੀ ਭੈਣ ਭਾਣੇ ਦੀ ਭੈਣ ਨੂੰ ਹਮਾਂਸੀ ਭੈਣ ਨੂੰ ਲੈ ਬਹੁਤ ਵਧੀਆ ਹਿਮਾਂਸ਼ੀ ਖੁਰਾਨਾ ਨੂੰ ਹਾਂ ਇੱਕ ਮੇਰਾ ਗਾਣਾ ਇਹ ਜਗ੍ਹਾ ਵੀ ਉਹਦੇ ਵਿੱਚ ਦੋ ਰੋਲ ਨੇ ਅੱਛਾ ਵੀ ਇੱਕ ਥੋੜੇ ਜਿਹਾ ਰੋਮਾਂਟਿਕ ਦਿਖਾਇਆ ਇੱਕ ਹੋਰ ਦੋ ਸਹੇਲੀਆਂ ਨੇ ਇੱਕ ਗਾਣੇ ਦੇ ਵਿੱਚ ਕਿਹੜੀ ਕਿਹੜੀ ਇੱਕ ਦਾ ਸੜੀ ਲਾਉਣ ਲਾ ਲਾ ਇੱਕ ਲਾ ਲਾ ਮੀਆਂ ਕਲਿਪ ਉਹਦੇ ਵਿੱਚ ਬਾਏ ਟੱਕੜੇ ਦਾ ਮੂੰਹ ਉਹਦਾ ਪੈਸੇ ਵਾਲਾ ਲੈਣੀ ਇੰਨੇ ਪੈਸੇ ਕੋਈ ਹੈ ਨਹੀਂ ਪਾਣੀ ਬੈਠਾ ਜੱਟ ਤੇਰਾ ਕੋੜ ਦੇ ਸੰਤਾਂ ਨੂੰ ਸਾਰਾ ਕੁਝ ਫ੍ਰੀ ਹੈ ਕਰਲ ਪਿੰਡਾਂ ਮੇਰੇ ਦੋਨੇ ਫ੍ਰੀ ਚ ਕੋੜ ਦੇ ਸੰਤਾਂ ਨੂੰ ਸਾਰਾ ਕੁਝ ਫੇਰ ਮੰਨਿਆ ਜੇ ਤੇਰਾ ਮੀਆਂ ਕਲਿਪ ਇੱਥੇ ਖੇਤ ਚ ਆ ਕੇ ਰੋਮਾਂਸ ਕਰਨ ਲੱਗ ਜੇ ਹਾਂ ਬਸ ਫਿਰ ਮੰਨੇ ਸੰਤਰੂ ਮੰਨੂ ਬੰਨੇ ਖਾੜੇ ਵਾਲੇ ਸੰਤਰੂ ਮੰਨੂ ਉਹਦਾ ਬਾਲੀਆ ਅਸ਼ਲੀਲ ਨੇ ਉਹਨਾਂ ਨੂੰ ਮਾਡਲ ਅੰਦਰ ਹੋਰ ਕਿਹਨੂੰ ਲਾਏਗਾ ਆਪਣੇ ਜਿਹੜੇ ਟੀਵੀ ਤੇ ਆਪਣੇ ਦਰਸ਼ਕ ਦੇਖ ਲੈਣ ਮੇਰਾ ਸਾਰਾ ਟੱਬਰ ਦੇਖੋ ਸਾਰੇ ਰਿਸ਼ਤੇਦਾਰ ਦੇਖ ਪੰਜਾਬ ਵਾਲੇ ਦੇਖ ਲੈਣ ਪੰਜਾਬ ਵਾਲੇ ਦੇਖ ਲੈਣ ਕਿਹਨੂੰ ਮੈਂ ਦੋ ਮਾਡਲ ਲੈਣੇ ਇੱਕ ਗਾਣੇ ਦੇ ਵਿੱਚ ਇੱਕ ਤਾਂ ਹਿਮਾਂਸ਼ੀ ਖੁਰਾਨਾ ਨੂੰ ਲਾਉਂ ਅੱਛਾ ਇੱਕ ਲਾਉਂਗਾ ਸ਼ਹਿਨਾਜ਼ ਕੌਰ ਗਿੱਲ ਨੂੰ ਬਾਈ ਯਾਰ ਧੱਕਾ ਉਹ ਲੜਨਗੀਆਂ ਦੋਨੇ ਆਪਸ ਦੇ ਵਿੱਚ ਇੱਕ ਨਹੀਂ ਲੜਦੀਆਂ ਨਹੀਂ ਲੜਦੀਆਂ ਉਹ ਦੋਨੇ ਪੈਣਾ ਨੇ ਅਲੱਗ ਅਲੱਗ ਗਾਣਾ ਚ ਲੈ ਲੈ ਇੱਕ ਗਾਣੇ ਤਾਂ ਲੜ ਪੈਣੀ ਇੱਕ ਗਾਣੇ ਚ ਲੈਣੀਆਂ ਨੇ ਪਹਿਲਾਂ ਮੈਂ ਕੀ ਕਰੂੰਗਾ ਕਿੱਲਾ ਖਾਲੀ ਛੱਡ ਲੂ ਬਾਹਣ ਬਾ ਕੇ ਕਿੱਲਾ ਬਾਹਣ ਵੱਡਾ ਨਹੀਂ ਹੋਊ ਗਰਾਊਂਡ ਬਾਹਣ ਬਾ ਕੇ ਕਿਉਂਕਿ ਟਿਕਟਾਂ ਵੀ ਲਾਵਾਂਗੇ ਦਰਸ਼ਕ ਦੇਖਣ ਆਉਣਗੇ ਪਹਿਲਾਂ ਦੋਨਾਂ ਦੇ ਕਰਾਉਂ ਕੋਲ ਅੱਛਾ ਹਾਂ ਕੋਲ ਕਰਾਉਂ ਜਿਹੜੀ ਜਿੱਤ ਗਈ ਉਹਨੂੰ ਮੇਨ ਰੋਲ ਦਊ ਜਿਹੜੀ ਤਾਂ ਹਮਾਸੀ ਭੈਣੀ ਫਿਰ ਨਾ ਨਾ ਹਮਾਸੀ ਭੈਣੀ ਸਹਿਨਾਜ਼ ਦਾ ਜੱਫ ਵਾਲਾ ਭੜਾ ਸਾਡੀ ਨਹੀਂ ਮੈਂ ਬਹੁਤ ਉਹ ਤਾਂ ਨਹੀਂ ਭਾਈ ਨਹੀਂ ਚਮਕ ਵਾਂਗੂ ਚਮਕ ਮੈਨੂੰ ਪਤਾ ਹਮਾਸੀ ਖੁਰਾਨਾ ਭੈਣ ਆਪਣੀ ਜਿੰਮ ਲਾਉਂਦੀ ਹੈ ਹਾਂ ਜਿੰਮ ਲਾਉਂਦੀ ਹੈ ਹਮਾਸੀ ਪਰ ਇਹ ਵੀ ਗੱਲ ਨਾ ਸੋਚੀ ਤੂੰ ਹਾਂ ਸਹਿਨਾਜ਼ ਕੌਰ ਗੱਲ ਤੇ ਪੱਟ ਵੀ ਬਾਹਲੇ ਤਕੜੇ ਪੱਟ ਬਾਹਲੇ ਤਕੜੇ ਜੱਗੀ ਨਾ ਤੂੰ ਖਾਤੀ ਹੱਥ ਛੱਡ ਵੀ ਕੈਂਚੀ ਲਾਉਂਦੀ ਹੈ ਹੱਥ ਛੱਡ ਵੀ ਕੈਂਚੀ ਕੱਥਾ ਕਿਹੜਾ ਪਾ ਕੇ ਹੋਊਗੀ ਕੱਥਾ ਨਾ ਬੋਲ ਮੇਰੇ ਦੋਨੇ ਭੈਣਾਂ ਨੇ ਇਹਨਾਂ ਨੂੰ ਮੈਂ ਫ੍ਰੀ ਤੇ ਲੈਣਾ ਗਾਣੇ ਇਹਨਾਂ ਤੋਂ ਕੋਈ ਪੈਸਾ ਨਹੀਂ ਲੈਂਦੀ ਇਹਨਾਂ ਤਰ੍ਹਾਂ ਬੋਲ ਹਾਂ ਮੈਂ ਗਲਤ ਕਰਾਂ ਬੋਲਦਾ ਕੁੱਟੀ ਉਤਰੀ ਜੇ ਗੱਲ ਮੇਰੇ ਦੋਨੇ ਭੈਣਾਂ ਨੇ ਬੋਲਦਾ ਉਹ ਤਾਂ ਇਹ ਬਹੁਤ ਰੁਪਏ ਲੈਂਦੇ ਨੇ ਲੋਕਾਂ ਤੋਂ ਅੱਛਾ ਮੇਰੇ ਨਾਲ ਫ੍ਰੀ ਚ ਆਉਣੀ ਆ ਅੱਛਾ ਹਾਂ ਨਾਲੇ ਦੇਖੇ ਦੋਨਾਂ ਦੀ ਸੋਲਾ ਕਰਾਉ ਅੱਛਾ ਦੋਨਾਂ ਦੇ ਪਹਿਲਾਂ ਕਰਾਉ ਕੋਲ ਅੱਛਾ ਹੈਂ ਜਿਹੜੀ ਜਿੱਤ ਗਈ ਹਾਂ ਇੱਕ ਵਾਰੀ ਤਾਂ ਪਹਿਲੀ ਵਾਰ ਤਾਂ ਜਿੱਤੂ ਮੈਨੂੰ ਪਤਾ ਹਮਾਨ ਸੀ ਅੱਛਾ ਮੈਂ ਨਹੀਂ ਕਹਿੰਦਾ ਦੇਖ ਲਈ ਦੂਜੀ ਵਾਰ ਸਹਿਨਾਜ਼ ਕੌਰ ਨੂੰ ਲਵਾਉ ਮੈਂ ਦੋ ਪੇਗ ਅੱਛਾ ਫਿਰ ਸਹਿਨਾਜ਼ ਕੌਰ ਉਹਦੇ ਉੱਤੇ ਹੋ ਮੈਂ ਵੀ ਸੁਣਿਆ ਕਿ ਸਹਿਨਾਜ਼ ਤਾਂ ਲਾਉਂਦੀ ਆ ਪੈਗ ਪਗਾਣਾ ਓਏ ਆਹ ਤਾਂ ਸਾਰੀਆਂ ਲਾਉਂਦੀਆਂ ਨੇ ਪਰ ਹਮਾਸੀ ਲਾਉਂਦੀ ਆ ਹਮਾਸੀ ਤਾਂ ਵਧੀਆ ਮੈਨੂੰ ਪਤਾ ਨਾ ਮੈਂ ਉਹਨਾਂ ਰਹਿ ਕੇ ਆਇਆ ਹਮਾਸੀ ਨਾਲ ਮੈਨੂੰ ਲੱਗਦਾ ਕੰਮ ਗੜਬੜਾ ਪਿਓਰ ਵੈਸ਼ਨੂ ਕੁੜੀ ਆ ਵਧੀਆ ਕੁੜੀ ਆ ਰੋਣਾ ਮੈਨੂੰ ਪਤਾ ਅੱਛਾ ਤੇ ਜੇ ਜਿਹਨੇ ਇਹਨਾਂ ਦੇ ਭੈਣਾਂ ਨੇ ਮੇਰੇ ਤੋਂ ਪੈਸੇ ਨਾ ਲੈਤੇ ਗਾਣੇ ਦੇ ਵਿੱਚ ਹਾਂ ਫਿਰ ਫਿਲਮਾਂ ਫਿਰ ਮੈਂ ਉਹ ਪੈਸੇ ਇਕੱਠੇ ਕਰਕੇ ਜਿਹੜੇ ਮੈਂ ਇਹਨਾਂ ਨੂੰ ਦੇਣੇ ਸੀ ਉਹ ਮੈਂ ਗਰੀਬਾਂ 'ਚ ਵੰਡ ਦੂੰਗਾ ਬਸ ਠੀਕ ਆ ਫਿਰ ਇਹਨਾਂ ਦੇ ਨਾਂ 'ਤੇ ਬਸ ਠੀਕ ਆ ਇਹਨਾਂ ਦੇ ਨਾਂ 'ਤੇ ਤੇ ਤਰੱਕੀ ਹੋ ਹਾਂ ਹਾਂ ਤੇ ਆਪਾਂ ਨਾਲ ਦੱਸਾਂਗੇ ਸਾਰਿਆਂ ਨੂੰ ਮੈਂ ਕਹਿਣਾ ਮਾਮਾ ਹਾਂ ਜੇ ਤੂੰ ਬੁਲਾਈ ਲਵੇਂ ਦੋਨਾਂ ਨੂੰ ਬੁਲਾਊਂਗਾ ਜਲਦ ਮੈਂ ਖੇਤ ਬੁਲਾਈ ਲਵੇਂ ਦੋਨਾਂ ਨੂੰ ਮੈਂ ਕਹਿੰਦਾ ਅੱਜ ਹੀ ਬੁਲਾ ਲੈ ਇਹਨਾਂ ਦਾ ਰੌਲਾ ਤਾਂ ਕੁਛ ਨਹੀਂ ਹੈਗਾ ਤਾਂ ਲੜਾਈ ਝਗੜਾ ਇਹਨਾਂ ਦਾ ਕੋਈ ਖਾ ਉਹ ਇਕੱਠੀਆਂ ਗੱਲਾਂ ਬਾਤਾਂ ਹਜੇ ਵੀ ਕਰਦੇ ਨੇ ਉਹ ਲੋਕਾਂ ਨੇ ਲੜਾਤੀ ਯਾਰ ਲੋਕਾਂ ਨੇ ਕੋਲ ਲੋਕਾਂ ਉਂਗਲ ਲਾਈ ਜਾਂਦੇ ਨੇ ਕੁਝ ਯਾਰ ਉਂਗਲ ਸਹਿਨਾਜ਼ ਦੇ ਬਦਲ ਹੋਵੇ ਉਂਗਲ ਉਹ ਵਿਚਾਰੀ ਬੋਲਦੀ ਆ ਉਹ ਭੱਖ ਜਾਂਦੀ ਆ ਕਮਲੀ ਆ ਸਹਿਨਾਜ਼ ਯਾਰ ਉਹਦੇ ਉਂਗਲ ਬਦਲ ਆਈ ਲੋਕਾਂ ਨੇ ਤੂੰ ਬੋਲ ਬੋਲ ਐਂ ਗੱਲ ਭਾਨੇ ਨੇ ਵੀ ਲਾਈ ਸੀ ਇਹ ਦੇਖੋ ਇਹ ਉਹੀ ਲੜ ਪਿਆ ਜਿਹੜੇ ਨੇ ਗੱਲ ਜਿਹੜੀ ਵਿਚਲੀ ਗੱਲ ਸੁਣ ਵਿਚਲੀ ਗੱਲ ਦਾ ਨਹੀਂ ਪਤਾ ਪਤਾ ਨਹੀਂ ਹੈਗਾ ਵਿਚਲੀ ਗੱਲ ਦਾ ਮੈਨੂੰ ਪਤਾ ਹੈ ਮੈਂ ਬੈਠਾ ਕੇ ਦੋਨਾਂ ਨੂੰ ਪਹਿਲਾਂ ਤਾਂ ਕਰਾਉਂ ਉਹਨਾਂ ਦੇ ਕੋਲ ਗੁਫਾ 'ਚ ਨਹੀਂ ਬਿਠਾਏਗਾ ਜੋ ਚੰਗੀ ਤਰ੍ਹਾਂ ਹੰਭ ਗਿਆ ਦੋਨੇ ਪੋਲੀਆਂ ਪੈ ਗਈਆਂ ਜਮਾਂ ਪੋਲੀਆਂ ਪੈ ਗਈਆਂ ਫਿਰ ਸੱਚ ਦੱਸਣੀ ਕੁੱਤੇ ਮੱਗੋਂ ਰੋਕਣ ਲੱਗ ਗਈਆਂ ਜੋ ਵੈਸੇ ਦੋਨੇ ਸਿਆਣੀਆਂ ਕੁੜੀ ਨੇ ਇਹੋ ਜਿਹੀ ਕੋਈ ਗੱਲ ਨਹੀਂ ਅੱਛਾ ਜਿਹੜੀਆਂ ਅੱਜ ਕੱਲ੍ਹ ਪੰਜਾਬ ਦੀਆਂ ਟੌਪ ਮਾਡਲਾਂ ਨੇ ਹਾਂ ਟੌਪ ਮਾਡਲਾਂ ਦੇ ਵਿੱਚ ਦੋਨੇ ਆ ਰਹੀਆਂ ਨੇ ਬਸ ਠੀਕ ਹੈ ਸਹਿਨਾਜ਼ ਕੌਰ ਗਿੱਲ ਤੇ ਹਿਮਾਂਸ਼ੀ ਖੁਰਾਨਾ ਬਸ ਠੀਕ ਹੈ ਐਵੇਂ ਲੜੀ ਹੁੰਦੀ ਨੇ ਕਾਂਬਲੀਆਂ ਨੇ ਬੱਚੀਆਂ ਤੁਸੀਂ ਕਿਉਂ ਲੜਦੀ ਹੋ ਨਹੀਂ ਨਹੀਂ ਇਹਨਾਂ ਨੂੰ ਆਪਣੇ ਗਾਣੇ ਦੇ ਵਿੱਚ ਲੈਣਾ ਕੋਰਟ ਦੇ ਨਾਲ ਸੰਤਾਂ ਕੋਲੇ ਆਓ ਤੁਸੀਂ ਹਾਂ ਆਉਣਗੇ ਸਾਰੇ ਇਲਾਜ ਹੁੰਦੇ ਨੇ ਇੱਥੇ ਪਿਛਲੀ ਗੱਲ ਦੱਸ ਭਾਈ ਮੈਂ ਪਿਛਲੀ ਲੋਕ ਬਾੜੇ ਉਤਾਵਲੇ ਪਿਛਲੀ ਗੱਲ ਇਹ ਜਿਹੜੀ ਪਿਛਲੀ ਗੱਲ ਨਾ ਗੱਲ ਤਾਂ ਇਹਨਾਂ ਦੀ ਕੋਈ ਗੱਲ ਨਹੀਂ ਸੀ ਵੱਡੀ ਅੱਛਾ ਇੱਕ ਗਾਣਾ ਸੀਗਾ ਮੇਰਾ ਪਹਿਲਾਂ ਮੈਂ ਲਿਖਿਆ ਸੀ ਗਾਣਾ ਵੀਡੀਓ ਬਣਾਉਣੀ ਸੀ ਉਹ ਕਹਿੰਦੀ ਮੈਂ ਆਉਣਾ ਉਹ ਕਹਿੰਦੀ ਮੈਂ ਆਉਣਾ ਅੱਛਾ ਮਾੜੀ ਜੀ ਗੱਲ ਪਿੱਛੇ ਲੜ ਪਈ ਲੜਾਈ ਇਹਨਾਂ ਦੀ ਇੰਨੀ ਵੱਧ ਗਈ ਹਾਂ ਹਾਰ ਕੇ ਮੈਂ ਗਾਣਾ ਹੀ ਭੰਨਤਾ ਵਾ ਬਸ ਠੀਕ ਆ ਗਾਣਾ ਤੋੜਦਾ ਵਾ ਗਾਣਾ ਕਰਦੀ ਨਹੀਂ ਮੈਂ ਗਾਣੇ ਦੀ ਸੋਚ ਕੀ ਤਕੜੀ ਯਾਰ ਤੂੰ ਤਾਂ ਬੜਾ ਗਾਹਾਂ ਹੀ ਸੋਚਦਾ ਨਾ ਇਹਨਾਂ ਦੀ ਇੱਕ ਗੱਲ ਹੋਰ ਆ ਥੋੜਾ ਜਿਹਾ ਮਸਲਾ ਇਹਨਾਂ ਦਾ ਹੋਰ ਰੋਲ ਚ ਹੋਇਆ ਕੀ ਹੋਇਆ ਉਹ ਥੋੜਾ ਜਿਹਾ ਮੈਂ ਤੁਹਾਨੂੰ ਫ੍ਰੀ ਉਹਨਾਂ ਨੂੰ ਬਿਠਾ ਕੇ ਫਿਰ ਦੱਸੂ ਬਸ ਠੀਕ ਆ ਮਾੜੀ ਗੱਲ ਪਿੱਛੇ ਲੜਾਈ ਆ ਮਾੜੀ ਗੱਲ ਪਿੱਛੇ ਬਿਠਾ ਕੇ ਦੱਸਾਂਗੇ ਸੋ ਇਹ ਤਾਂ ਹੁਣ ਕੋਈ ਗੱਲ ਨਹੀਂ ਭੈਣੋ ਤੁਹਾਡੀ ਲੜਾਈ ਹੋਊਗੀ ਤੁਹਾਨੂੰ ਫਾਇਦਾ ਬਹੁਤ ਹੋਇਆ ਥੋੜੇ ਚਰਚਾ ਹੋ ਗਏ ਅਮਰੀਕਾ ਕੈਨੇਡਾ ਤੱਕ ਕੱਲਾ ਕੱਲਾ ਬੱਚਾ ਜਾਣਨ ਲੱਗ ਗਿਆ ਚਲੋ ਕੋਈ ਗੱਲ ਨੂੰ ਕੋਈ ਨਹੀਂ ਜਾਣਦਾ ਨਾ ਜਾਣਦੇ ਐਨੀ ਪਤਾ ਮਾਸੀ ਕਰਨਾ ਕੌਣ ਹੈ ਘੱਟ ਜਾਣਦੇ ਹੁਣ ਫਾਰੇ ਜਾਣਨ
ਥੱਲੇ ਕਮੈਂਟ ਨਹੀਂ ਕਰਨੇ ਤੁਸੀਂ ਥੱਲੇ ਨਹੀਂ ਕਰਨੇ ਤਾਂ ਕਰਨੇ ਹਾਂ ਤੁਸੀਂ ਹਿਮਾਂਸ਼ੀ ਕੌਰ ਖੁਰਾਣਾ ਦੀ ਵੀ ਕਈ ਵਾਰ ਗਲਤ ਕਮੈਂਟ ਕਰਦੇ ਨੇ ਇਹ ਵੀ ਗਲਤ ਗੱਲ ਹੈ ਹਿਮਾਂਸ਼ੀ ਦਾ ਜਮੀ ਨਹੀਂ ਕਰਨੇ ਮੈਂ ਸਿੱਧੀ ਗੱਲ ਦੱਸਣਾ ਜਿਹੜੇ ਹਿਮਾਂਸ਼ੀ ਕਰੇ ਮੈਂ ਮੁੰਡ ਪਾੜ ਦੂੰ ਭੈਣ ਚੋ ਤੁਸੀਂ ਗਲਤ ਕਮੈਂਟ ਕਿਉਂ ਕਰਦੇ ਤੁਹਾਨੂੰ ਪਤਾ ਹੀ ਨਹੀਂ ਗੱਲਾਂ ਦਾ ਕੋਈ ਪਤਾ ਤੁਹਾਨੂੰ ਕੋਈ ਸਬੂਤ ਨਹੀਂ ਕੋਈ ਹੋਰ ਨਹੀਂ ਪੜਾ ਦੀ ਸਮਝੌਤਾ ਕਰਾ ਦਾਂ ਭੈਣ ਚੋ ਤੁਸੀਂ ਮਿਸ ਪੜਾ ਕੇ ਮਾਰੀ ਜਾਂਦੇ ਹੋ ਗਲਤ ਕਮੈਂਟ ਕਰਨ ਦਾ ਤੁਹਾਡਾ ਹੱਕ ਨਹੀਂ ਬਣਦਾ ਕਾਕਾ ਤੁਹਾਨੂੰ ਸਾਰਾ ਕੁਝ ਪਤਾ ਨਹੀਂ ਸੱਚ ਹਾਂ ਉਹਨਾਂ ਨੇ ਗਲਤ ਨਾ ਬੋਲੋ ਕਿਸੇ ਨੂੰ ਸੰਤ ਜਿੰਨਾ ਚਿਰ ਜਮਾ ਜਦੋਂ ਅਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਬਿਠਾ ਕੇ ਮੀਟਿੰਗ ਕਰਾ ਕੇ ਤੇ ਘੋਲ ਕਰਾ ਕੇ ਕਰਤਾ ਫੇਰ ਫੈਸਲਾ ਹੋਊਗਾ ਫੇਰ ਵੀ ਗੱਲ ਅਸਲੀ ਕੀ ਸੀ ਤੁਹਾਨੂੰ ਜਦੋਂ ਭੈਣ ਚੋਂ ਗੱਲ ਦਾ ਨਹੀਂ ਪਤਾ ਤੁਸੀਂ ਉਈ ਭੈਣ ਚੋਂ ਵਿਚਾਰੀ ਨੂੰ ਕੀ ਕੁਝ ਬੋਲੀ ਉਹ ਭਗਤ ਨਿਆਣੇ ਉਈ ਲੱਗਦਾ ਉਹਨਾਂ ਨੂੰ ਗਾਣੇ ਚ ਰੋਲ ਕਰਨੇ ਪੈਂਦੇ ਨੇ ਪਰ ਰੀਅਲ ਲਾਈਫ ਉਹਨਾਂ ਦੀ ਬਹੁਤ ਭਗਤ ਨੇ ਮੈਨੂੰ ਪਤਾ ਮਾਨਸੀ ਖੁਰਾਣਾ ਤੇ ਸਹਿਨਾਜ ਕੌਰ ਗਿੱਲ ਨੂੰ ਮੇਰੀ ਭੈਣ ਨੂੰ ਬੇਨਤੀ ਕਰਦਾ ਮੈਂ ਕਿ ਘੱਟੋ ਘੱਟ 20-20 ਲੱਖ ਰੁਪਇਆ ਮਿਲੂ ਤੁਹਾਨੂੰ 20-20 ਲੱਖ ਰੁਪਇਆ ਤੇ ਨਾਲੇ ਵੀਡੀਓ ਟ੍ਰੈਂਡਿੰਗ ਚ ਪਹਿਲੇ ਨੰਬਰ ਚੱਲਣਗੀਆਂ ਨਾਲੇ ਕੱਪ ਹਾਂ ਤੇ ਨਾਲੇ ਕੱਪ ਤੇ ਸਾਡੇ ਪਿੰਡ 10 ਕਿੱਲੇ ਪੰਚਾਇਤੀ ਖਾਲੀ ਪੈਣੇ ਮੈਂ ਬਾਹ ਕੇ ਚਾਰੇ ਪਾਸੇ ਰਾਉਂਡ ਤਾਰ ਫੇਰ ਕੇ ਤੇ ਪਹਿਲੀ ਅਨਾਊਂਸ ਕਰ ਦਾਂਗੇ ਹਿਮਾਂਸ਼ੀ ਖੁਰਾਣਾ ਤੇ ਸਹਿਨਾਜ ਕੌਰ ਗਿੱਲ ਦਾ ਘੋਲ ਹੋ ਰਹੇ ਨੇ ਤੇ ਟਿਕਟ ਹੈਗੇ 500 ਰੁਪਇਆ ਹਾਂ ਟਿਕਟਾਂ ਬੁੱਕ ਹੋ ਜਾਣਗੀਆਂ ਮੈਂ ਕਹਿੰਦਾ ਬੈਠਣ ਨੂੰ ਜਗ੍ਹਾ ਨੀ ਮਿਲਣੀ ਬੇਰ ਵਾਲਾ ਟਿੱਬਾ ਰੱਖ ਲਿਆ ਬੇਰ ਵਾਲਾ ਟਿੱਬਾ ਬੇਰ ਵਾਲਾ ਟਿੱਬਾ ਤੇ ਉੱਥੇ ਹੋਣਗੇ ਘੋਲ ਤੇ ਮੇਰੀਆਂ ਭੈਣਾਂ ਦੋਨਾਂ ਨੂੰ ਬੇਨਤੀ ਕਰਦਾ ਜਿਮ ਲਾ ਕੇ ਸਰੀਰ ਤਾਗੜੇ ਕਰਕੇ ਰੱਖੋ 1 ਮਹੀਨੇ ਤੱਕ ਆਪਾਂ ਤਰੀਕ ਅਨਾਊਂਸ ਕਰਾਂਗੇ ਜਲਦੀ ਕਰ ਦਾਂਗੇ ਤੇ ਉੱਥੇ ਆਪਾਂ ਦੋਨਾਂ ਦਾ ਸਮਝੌਤਾ ਕਰਾ ਦਾਂਗੇ ਨਾਲੇ ਦੇਖਦਾ ਫਿਰ ਕਿਹੜੀ ਤਕੜੀ ਆ ਕਿਹੜੀ ਇੱਥੇ ਕੀ ਲੜਕੇ ਕਰਦਾ ਗੱਲ ਹੋਰ ਹਿਮਾਂਸ਼ੀ ਦਾ ਬੁਲਾਊਂਗਾ ਮੈਂ ਸਹਿਨਾਜ ਕੌਰ ਗਿੱਲ ਕਰੀ ਤੁਸੀਂ ਹਿਮਾਂਸ਼ੀ ਕਰਾਉਣਾ ਬਸ ਠੀਕ ਹੈ ਮੈਂ ਤਾਂ ਸਹਿਨਾਜ ਕੀ ਨਹੀਂ ਹੈ ਨਾ ਤੂੰ ਤਾਂ ਰੈਫਰੀ ਹੈ ਭੈਣ ਚੋਦਾ ਮੈਂ ਪਾਣੀ ਪੀਣ ਇਲਾਜ ਕਰਾ ਦਾਂਗੇ ਗਰੀਬਾਂ ਦੇ ਨਾਲੇ ਹੋਰ ਕੰਮ ਹੋ ਜਾਣਗੇ ਨਾਲੇ ਭੈਣ ਚੋ ਸਾਰੇ ਪੰਜਾਬ ਚ ਬਹਿਜਾ ਹੋ ਜੂ ਬਹਿਜਾ ਟਿਕਟਾਂ ਟੁਕਟਾਂ ਲੈਣ ਲਈ ਹੁਣ ਤਿਆਰ ਹੋ ਬਸ ਮਹੀਨੇ ਤੱਕ ਅਸੀਂ ਗੱਲਬਾਤ ਕਰਦੇ ਹਾਂ ਆਨਲਾਈਨ ਟਿਕਟਾਂ ਬੁੱਕ ਹੋਣੀਆਂ www.com wrestling.com ਬੋਲੀ ਜਾਂਦੇ ਨੇ ਤੁਹਾਨੂੰ ਬੈਂਕਣ ਦਾ ਨੀ ਪਤਾ ਭੈਣ ਚੋਂ ਅਸਲੀ ਗੱਲ ਕੀ ਹੈ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੂੰਗਾ ਜਲਦ ਮੈਂ ਆਪਣੇ ਪਿੰਡ ਰੈਸਲਿੰਗ ਕਰਾ ਰਿਹਾ ਤੇ ਦੋਨਾਂ ਦਾ ਬਹਿ ਕੇ ਗੱਲਬਾਤ ਸੁਣੂਗਾ ਕੀ ਗੱਲਬਾਤ ਆ ਮੈਂ ਤੈਨੂੰ ਦੱਸਦਾ ਹਾਂ ਸਹਿਨਾਜ ਦੇ ਔਰ ਪੱਟ ਬੜੇ ਸਰ ਤੇਰੀ ਉਹ ਭੈਣ ਤੂੰ ਡਾਕਾ ਸੁਣ ਲਾ ਓਏ ਚੁੱਪ ਨਾ ਕਰ ਲਾ ਤੂੰ ਮੈਂ ਗੱਲ ਬੋਲਦਾ ਤੂੰ ਫਿਰ ਹਾਂ ਫਿਰ ਤੂੰ ਕੀ ਹੋਗਾ ਜਦੋਂ ਮੈਂ ਤੇਰੀ ਮਾਨਸੀ ਕਰਾਣਾ ਉਹਨੂੰ ਨਹੀਂ ਗਲਤ ਬੋਲਦਾ ਨਾ ਤੂੰ ਉਹਨੂੰ ਕਿਵੇਂ ਗਲਤ ਬੋਲਦਾ ਮੈਂ ਦੱਸ ਕੀ ਕਿਹਾ ਸਾਲਾ ਆਪਣੇ ਕਰਾਂ ਕਰੀ ਦਾ ਸਹਿਨਾਜ ਦੇ ਪੱਟਾ ਹੈਗੇ ਨੇ ਥੱਲੇ ਕਰਤਾ ਥੱਲੇ ਪੱਟਾ ਹੈ ਗਲਤ ਕਿਉਂ ਬੋਲਦਾ ਤੂੰ ਫੋਨ ਕਰ ਦੇ ਫਿਰ ਤੂੰ ਬੋਲ ਕੇ ਦੱਸ ਮਾਨਸੀ ਨੂੰ ਗਲਤ ਤੂੰ ਬੋਲੇਗਾ ਵੀ ਕਿਵੇਂ ਮਾਨਸੀ ਨੂੰ ਕਿਵੇਂ ਗਲਤ ਬੋਲੇਗਾ ਮੈਂ ਬੋਲੇ ਓਏ ਕਿਉਂ ਲੜੀ ਐਡੇ ਯਾਰ ਕਿਉਂ ਲੜੀ ਐਡੇ ਨਹੀਂ ਬੋਲਦਾ ਯਾਰ ਤੂੰ ਆੜੀ ਗਲਤ ਬੋਲ ਕਰ ਬਾਬੇ ਕਹਿੰਦਾ ਗੱਲ ਕੀ ਯਾਰ ਤੇਰੀ ਗੱਲ ਚੁੱਪ ਕਰ ਜਾ ਮੈਂ ਹਿਮਾਂਸ਼ੀ ਹੁਣੀ ਘੋਲ ਕਰ ਲੈਣਾ ਹਿੱਸਾ ਨਾਲ ਮੈਂ ਹਿਮਾਂਸ਼ੀ ਆ ਜਾ ਦੇਖ ਦੇਖ ਲੰਡਾ ਭੈਣ ਚੋਂ ਤਾਂ ਕੰਮ ਵਧਾਤਾ ਹੁਣ ਇਹ ਕੰਮ ਹੋ ਕੇ ਹਟੂ ਹੋਊਗਾ ਭੈਣ ਬਣ ਕੇ ਹਿਮਾਂਸ਼ੀ ਹੁਣ ਬੇਇੱਜ਼ਤੀ ਨਾ ਕਰਾ ਦੀ ਇਹ ਤਾਂ ਕੋਈ ਸੋਸ਼ਲ ਮੀਡੀਆ ਤੇ ਲੜਾਈ ਨੀ ਕੋਈ ਕੁਛ ਨੀ ਕੋਈ ਬੈਂਸ ਨੀ ਆਮੋ ਸਾਹਮਣੇ ਕੋਲ ਬਸ ਠੀਕ ਹੈ ਫੇਰ ਵਾਲਾ ਸਾਡੇ ਇੱਕ ਟਿੱਬਾ ਉੱਥੇ ਪਿਆ ਵਿਹਲਾ ਅਸੀਂ ਉਹ ਠੀਕ ਕਰਾ ਦੇਗਾ ਉੱਥੇ ਉਹ ਤੂੰ ਮੈਂ ਗੱਡੀ ਲੈ ਕੇ ਜਾਣਾ ਥੋੜੇ ਦਿਨਾਂ ਤੱਕ ਮੈਂ ਲੈ ਕੇ ਆਉਣਾ ਸਹਿਨਾਜ ਕੌਰ ਗੱਲ ਨੂੰ ਤੂੰ ਲੈ ਕੇ ਹਿਮਾਂਸ਼ੀ ਨੂੰ ਓਏ ਮੇਰੀ ਭੈਣ ਤਾਂ ਗੱਡੀ ਦੀ ਲੋੜ ਨੀ ਆਪੇ ਆਊ 4 ਗੱਡੀਆਂ ਲੈ ਕੇ ਕੋਟ ਦਿੰਦੇ ਦੇਖੀ ਗੱਡੀ ਦੇ ਨਾਲ ਹੋਣਗੇ ਬਾਂਸਰ ਇੱਧਰ ਕੋਈ ਬਾਂਸਰ ਨੀ ਕੱਲੀ ਆਊ ਜੱਟੀ ਦੇਖੀ ਜਾਈ ਤੂੰ ਦੇਖੀ ਫਿਰ ਦੇਖੀ ਉਹ ਪੈਂਦੇ ਪੜਾਕੇ ਉੱਦਾਂ ਤੂੰ ਦੇਖੀ ਤੈਨੂੰ ਲੱਗੂ ਪਤਾ ਸਾਰਾ ਲਾਉਂਡਿਆ ਰੈਫਰੀ ਗੱਲ ਸੁਣ ਲੈ ਹੱਕ ਦੀ ਗੱਲ ਕਰ ਰਹੀ ਕਿਤੇ ਭੈਣ ਚੋਂ ਇੱਧਰ ਰਲਦਾ ਹੋ ਜੀ ਮੈਂ ਸਹਿਨਾਜ ਦੀ ਭੌਂਦੀ ਕਰਦਾ ਯਾਰ ਮੁੰਡਾ ਸਹਿਣੇ ਵਾਲਾ ਜੱਟ 420 ਉਹ ਪਿੰਡ ਚੋਂ ਭੈਣ ਦਾ ਯਾਰ ਇੱਕ ਕਿਸੇ ਦੀ ਬਹੂ ਲੈ ਕੇ ਭੱਜ ਗਿਆ ਬਹੂ ਲੈ ਕੇ ਵਿਆਹੀ ਹੋਈ ਬਹੂ ਸੀਗੀ ਵਿਆਹੀ ਹੋਈ ਬਹੂ ਲੈ ਕੇ ਕੈਨੇਡਾ ਭੱਜ ਗਿਆ ਪੁਲਿਸ ਉਹਨੂੰ ਭਾਲਦੀ ਫਿਰਦੀ ਹੈ ਤੇ ਸਾਰਾ ਸਹਿਣੇ ਦੀ ਪੰਚਾਇਤ ਸਾਰਾ ਪਿੰਡ ਸਾਰੇ ਪੰਜਾਬ ਦੀ ਪੁਲਿਸ ਭਾਲਦੀ ਫਿਰਦੀ ਹੈ ਭੈਣ ਚੋਦ ਨੂੰ
ਸੋ ਸਾਰੀਆਂ ਕੁੜੀਆਂ ਨੂੰ ਬੇਨਤੀ ਹੈ ਜਿਹੜੀਆਂ ਵੀ ਉਹਦੇ ਪਿੱਛੇ ਦੀ ਸਾਰੀਆਂ ਖੜਾ ਛੱਡ ਦੋ ਹਾਂ ਕੁੜੀਆਂ ਬਾਹਰ ਕਰਦੇ ਹੁੰਦੇ 400 ਵੀ ਗੰਦ ਨਹੀਂ ਪਾਉਂਦਾ ਬੱਚੇ ਬੜਦਾ ਉਹ ਲੈ ਕੇ ਭੱਜ ਗਿਆ ਬਹੁ ਬਹੁਤ ਕੁੜੀਆਂ ਨੇ ਮੈਨੂੰ ਕਿਹਾ ਇਹ ਗੱਲ ਕਹਿੰਦੇ ਸਰਬੀਤ ਕਰੀ ਜਿਹੜੇ ਜੱਟ 400 ਵੀ ਕਹਿੰਦੇ ਉਹ ਹਾਸੀ ਵਾਲੇ ਸਟੋਰੀਆਂ ਪਾਈ ਜਾਂਦਾ ਕਹਿੰਦਾ ਬੜਦਾ ਭੈਣ ਦਾ ਯਾਰ ਪਿੰਡ ਦੀ ਬਹੂ ਲੈ ਕੇ ਭੱਜ ਗਿਆ ਬਾਬੇ ਬਹੂ ਲੈ ਕੇ ਭੱਜ ਗਿਆ ਇੱਕ ਫੁੱਦੂ ਗੱਲ ਹੋਰ ਕਰ ਗਿਆ ਬਹੂ ਦੇ ਜਵਾਕ ਇੱਥੇ ਛੱਡ ਗਿਆ ਭੈਣ ਦੀ ਲੌੜਾ ਨਾਲ ਪੜੂਗਾ ਤੇਰੀ ਭੈਣ ਦੇ ਬੈਂਗਣ ਦੇ ਲਾਉਂਦਾ ਯਾਰ ਯਾਰ ਲੌੜਾ ਸਾਂਤਾਂ ਨੂੰ ਲੋਕ ਕੋਈ ਮਾੜਾ ਕਹਿੰਦੇ ਨੇ ਸਾਨੂੰ ਵੀ ਕੋਰਟ ਨਾਲੇ ਗੰਦ ਪਾਉਂਦੇ ਸੀ ਭੈਣ ਚੋਂ ਐਂ ਤਰੀ ਬਹੂ ਲੈ ਕੇ ਭੱਜਦੇ ਮੇਰਾ ਸਾਲਾ ਬਹੂ ਲੈ ਕੇ ਭੱਜ ਗਿਆ ਕੈਨੇਡਾ ਚ ਇਹੋ ਜਿਹਾ ਕੰਮ ਨੀ ਕਰਦੇ ਕੈਨੇਡਾ ਚ ਮੇਰਾ ਸਾਲਾ ਦੱਸੇ ਨੀ ਕਿਸੇ ਗੁਪਤ ਲੈ ਕੇ ਭੱਜ ਗਿਆ ਗੁਪਤ ਲੈ ਕੇ ਭੱਜ ਕਿਸੇ ਨੂੰ ਪਤਾ ਲੱਗਿਆ ਉਹਦੀ ਪਤਾ ਲੱਗਾ ਵੀ ਕੈਨੇਡਾ ਜਾ ਕੇ ਮੈਂ ਕਿਹਾ ਤੁਸੀਂ ਸਟੋਰੀ ਪਾਈ ਹੈ ਬਹੁਤ ਪਹਿਲਾਂ ਭੈਣ ਚੋਂ ਇੱਕ ਸਟੋਰੀ ਨੀ ਪਾਈ ਵੀ ਮੈਂ ਪਹਿਲਾਂ ਪੂਰਾ ਤਕੜਾ ਪਲਾਨ ਸੀ ਸਮਾਨ ਪੈਕ ਕਰਿਆ ਹੋਇਆ ਸੀ ਬਹੂ ਦਾ ਬਹੂ ਨੂੰ ਚੁੱਪ ਕਰਕੇ ਸਿੱਧੇ ਦਿੱਲੀ ਲੈ ਗਿਆ ਘਰੋਂ ਸਿੱਧੇ ਦਿੱਲੀ ਲੈ ਗਿਆ ਰਾਤੇ ਰਾਤ ਇੱਕ ਉਹਦਾ ਲੌਂਡਾ ਜਿਹਾ ਪਤਾ ਨੀ ਮਾਮੇ ਦਾ ਮੁੰਡਾ ਪਤਾ ਨੀ ਪੂਆ ਦਾ ਕੀ ਆ ਮਿੰਟ ਦੀ ਅਪਸੈਟ ਉਹ ਚੜਾ ਕੇ ਆਇਆ ਯਾਰ ਉਹ ਚੜਾ ਕੇ ਆ ਉਹ ਚੜਾ ਕੇ ਉਹ ਜੋ ਉਹਨੇ ਸ਼ਰਮ ਨਹੀਂ ਆਈ ਉਹ ਜਵਾਬ ਉਹਨੂੰ ਭੈਣ ਚੋ ਤੇ ਗੰਢ ਮਰਮਤ ਇੱਕ ਦਾ ਉਹਨੇ ਦੋਨਾਂ ਦੀ ਅੱਛਾ ਹਾਂ ਠੀਕ ਹੈ ਵਿੱਚ ਯੂਆਰ ਸਿੱਧੂ ਵਰਗੇ ਭੈਣ ਚੋ ਤੇ ਨਾਲ ਸੀਗਾ ਉਹ ਸਾਰੇ ਚੜਾ ਕੇ ਰਹੇ ਉਹਦਾ ਯਾਰ ਬਿੱਲੀ ਅੱਛਾ ਹਾਂ ਬਹੁਤ ਹੱਥ ਵੀ ਫੇਰਾ ਉਹਨਾਂ ਨੇ ਬਾਤ ਦਾ ਫੇਰਾ ਉਹਨਾਂ ਭੈਣ ਚੋ ਤਾਂ ਨੇ ਬਹੁਤ ਕੁਝ ਕਰਿਆ ਉਹ